ਸਤਿ ਸ਼੍ਰੀ ਅਕਾਲ ਜੀ। ਇਸ ਸਮੇਂ ਆਪਣੇ ਗੰਨੇ ਦੀ ਫਸਲ ਖਾਸ ਕਰ 238 ਵਰਾਇਟੀ 'ਚ ਇੱਕ ਸਮੱਸਿਆ ਆ ਰਹੀ ਆ, ਉਹਦਾ ਨਾਮ ਆ ਪੋਕਾ ਬੋਇੰਗ, ਜਿਹੜੀ ਇੱਕ ਫੰਗਸ ਫਫੂੰਦ ਦੀ ਸਮੱਸਿਆ ਹੈ। ਕਈ ਦੁਕਾਨਦਾਰ ਕੀੜੇ ਮਾਰਨ ਵਾਲੀ ਦਵਾਈ ਦੇ ਕੇ ਇਹਦਾ ਰੋਕਥਾਮ ਕਰਨ ਨੂੰ ਕਹਿੰਦੇ ਆ, ਜੋ ਕਿ ਗਲਤ ਆ। ਆਹ ਜਿਹੜੀ ਵੀ ਫੋਟੋਆਂ ਤੁਸੀਂ ਦੇਖ ਰਹੇ ਇਹ ਸਾਰੀਆਂ ਪੋਕਾ ਬੋਇੰਗ ਦੇ ਲੱਛਣ ਆ, ਜਿਹੜੀ ਕਿ ਫੰਗਸ ਦੀ ਪ੍ਰੋਬਲਮ ਆ। ਇਹ 'ਚ ਕੋਈ ਕੀੜਾ ਨਹੀਂ ਹੁੰਦਾ, ਇਹ ਇਨਵਾਇਰਮੈਂਟ ਚੇਂਜ ਹੋਣ ਦੇ ਕਰਕੇ ਇਹ ਪ੍ਰੋਬਲਮ ਆਉਂਦੀ ਆ। ਖਾਸ ਕਰ 238 ਵਰਾਇਟੀ 'ਚ ਜ਼ਿਆਦਾਤਰ ਦੇਖੀ ਜਾਂਦੀ ਹੈ, ਸਾਰੇ ਉਹੀ ਚੀਜ਼ ਦੇ ਲੱਛਣ ਆ। ਇਹ ਪਲੋਟ ਜਿਹੜਾ ਹੁਣ ਤੁਸੀਂ ਦੇਖ ਰਹੇ ਇਹ ਪਲੋਟ ਆ ਜਿਹਦੇ ਵਿੱਚ ਸਪਰੇ ਅਸੀਂ ਕਰ ਚੁੱਕੇ ਹਾਂ। ਜਿਹੜੇ ਸਪਰੇ ਕਰਨ ਦੇ ਬਾਅਦ ਜੋ ਰਿਜ਼ਲਟਸ ਆਏ ਆ ਉਹ ਵਿਜ਼ੂਅਲ ਹੋ ਰਹੇ ਆ। ਇਹ ਪੱਤੀ ਦੇਖ ਰਹੇ ਪਹਿਲੇ ਪੋਕਾ ਬੋਇੰਗ ਸੀਗੀ, ਪੋਕਾ ਬੋਇੰਗ ਦੇ ਬਾਅਦ 'ਚੋਂ ਇਹਦੇ ਵਿੱਚ ਅਸੀਂ ਦਵਾਈ ਪਾਈ, ਦਵਾਈ ਪਾਉਣ ਦੇ ਬਾਅਦ 'ਚੋਂ ਹੌਲੀ ਹੌਲੀ ਇਹ ਫੰਗਸ ਆ ਇਹ ਇੱਕਦਮ ਨਹੀਂ ਠੀਕ ਹੋਊਗੀ, ਸਲੋਲੀ ਗ੍ਰੈਜੂਅਲੀ ਇੱਕ ਪੱਤਾ ਸਹੀ, ਫਿਰ ਹੌਲੀ ਹੌਲੀ ਥੋੜ੍ਹਾ ਦੂਜਾ ਪੱਤਾ ਥੋੜ੍ਹਾ ਹੋਰ ਠੀਕ, ਤੀਸਰਾ ਪੱਤਾ ਇੱਕਦਮ ਠੀਕ, ਮਤਲਬ ਹੌਲੀ ਹੌਲੀ ਕਰਕੇ ਚੌਥਾ ਪੱਤਾ ਇੱਕਦਮ ਠੀਕ ਹੋਊਗਾ। ਇਹ ਪਹਿਲਾ ਪੱਤਾ ਹੁਣ ਸਪਰੇ ਕਰਨ ਦੇ ਬਾਅਦ ਜਿੱਦਾਂ ਦੀ ਸਿਚੁਏਸ਼ਨ ਸੀ ਸਪਰੇ ਦੇ ਟਾਈਮ 'ਤੇ, ਉਹਦੇ ਬਾਅਦ 'ਚੋਂ ਤੁਸੀਂ ਦੇਖੋ ਉੱਪਰ ਪੂਰਾ ਫਰੈਸ਼ ਹੋ ਰਿਹਾ ਆ। ਇਸ ਚੀਜ਼ ਨੂੰ ਧਿਆਨ ਰੱਖਣਾ ਆ ਕਿ ਇਹ ਇੱਕ ਵਾਰ ਦੇ ਵਿੱਚ ਨਹੀਂ ਸਹੀ ਹੋ ਸਕਦੀ ਆ। ਸਪਰੇ ਕਰਨ ਦੇ ਬਾਅਦ 'ਚੋਂ ਇਹਦੀ ਜਿਹੜੀ ਦਵਾਈ ਹੈਗੀ ਆ, ਅਸੀਂ ਦੋ ਦਵਾਈਆਂ ਦਾ ਯੂਜ਼ ਕਰ ਸਕਦੇ ਹਾਂ। ਇੱਕ ਤਾਂ ਹੈਗੀ ਕਾਰਬਿੰਡਾਜ਼ਿਮ ਅਤੇ ਮੈਨਕੋਜ਼ੈਬ, ਜਿਹੜਾ ਟੈਕਨੀਕਲ M75 ਬਣਦਾ, ਅੱਧਾ ਕਿਲੋ ਪਰ ਏਕਰ। ਇਹਦੇ ਨਾਲ ਤੁਸੀਂ NPK 19:19 ਵੀ ਮਿਲਾ ਸਕਦੇ ਹਾਂ। ਦੂਜਾ COC ਕਾਪਰ ਆਕਸੋਕਲੋਰਾਈਡ ਪਲੱਸ ਕਜ਼ੋਕਾਮਾਈਸਿਨ, ਅਸੀਂ ਕੋਨਿਕਾ ਦੇ ਨਾਮ 'ਤੇ ਆਉਂਦੀ ਆ, ਉਹਦਾ ਯੂਜ਼ ਕਰ ਸਕਦੇ ਹਾਂ। ਇਹ ਦੋਨੋਂ ਚੀਜ਼ਾਂ ਦਾ ਯੂਜ਼ 15 ਦਿਨ ਦੇ ਅੰਤਰਾਲ 2 ਵਾਰ ਕਰਨਾ, ਯਾਨੀ ਇੱਕ ਸਪਰੇਅ ਕਰਨ ਦੇ ਬਾਅਦ 'ਚੋਂ ਦੂਜੀ ਸਪਰੇਅ ਦੇਖ ਰਹੀ, ਤੁਹਾਨੂੰ ਹਜੇ ਸਪਰੇਅ ਹੋਈ ਆ, ਸੈਕਿੰਡ ਸਪਰੇਅ ਦੇ ਬਾਅਦ 'ਚੋਂ ਵੀ ਰਿਜ਼ਲਟਸ ਆ ਰਿਹਾ। ਫਸਟ ਦੇ ਬਾਅਦ 'ਚੋਂ ਰਿਜ਼ਲਟ ਆਉਣੇ ਸ਼ੁਰੂ ਹੋ ਗਏ, ਸੈਕਿੰਡ ਦੇ ਬਾਅਦ 'ਚੋਂ ਹੋਰ ਵਧੀਆ ਰਿਜ਼ਲਟ। ਪਹਿਲੀ ਸਪਰੇਅ ਹੋਣ ਦੇ ਬਾਅਦ 'ਚੋਂ 15 ਦਿਨਾਂ ਦੇ ਅੰਦਰ ਅੰਦਰ ਦੂਜੀ ਸਪਰੇਅ ਅਸੀਂ ਜ਼ਰੂਰ ਕਰ ਦਈਏ, ਜਿੰਨਾ ਕਿ ਠੀਕ ਰਹੇ। ਇਹ ਸਿਚੁਏਸ਼ਨ ਆਉਂਦੀਆਂ ਨਹੀਂ, ਇਹ ਪ੍ਰੋਬਲਮ ਆਉਂਦੀ ਨਹੀਂ ਆ, ਖਾਸ ਕਰ ਇਸ ਟਾਈਮ 'ਤੇ ਆਉਂਦੀ ਆ ਅਗਸਤ ਸਤੰਬਰ ਦੇ ਵਿੱਚ। ਮੌਸਮ ਦੇ ਅਸੰਤੁਲਿਤ ਹੋਣ ਦੇ ਕਾਰਨ ਇਹ ਸਮੱਸਿਆ ਇਸ ਵਾਰ ਬਹੁਤ ਹੀ ਜ਼ਿਆਦਾ ਜਲਦੀ ਆ ਗਈ, ਜਿਹੜੀ ਕਿ ਸਾਡੇ ਲਈ ਬਹੁਤ ਹੀ ਖਤਰਨਾਕ ਆ। ਸਾਡੀ ਵਰਾਇਟੀ, ਸਾਡੇ ਗੰਨੇ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕਰੋ ਕਿ ਤੁਸੀਂ M75 ਅੱਧਾ ਕਿਲੋ ਤੋਂ ਲੈ ਕੇ 750 ਗ੍ਰਾਮ ਤੱਕ ਸਪਰੇਅ ਕਰੋ, ਕਿਉਂਕਿ ਇਸ ਵਾਰ ਨਾ ਤਾਂ ਲੂਹੇ ਚੱਲੇ ਆ ਨਾ ਗਰਮ ਹਵਾਵਾਂ ਚੱਲੀਆਂ ਆ, ਜਿਹਦੇ ਕਰਕੇ ਇਹਦਾ ਇਫੈਕਟ ਘਟੇ। ਇਹਦਾ ਇਫੈਕਟ ਮੌਸਮ ਦੇ ਅਸੰਤੁਲਿਤ ਹੋਣ ਦੇ ਕਰਕੇ ਇਹ ਵਧੀ ਜਾ ਰਿਹਾ ਆ, ਘੱਟ ਵੀ ਰਿਹਾ ਆ, ਵੱਧ ਵੀ ਰਿਹਾ ਆ। ਦਵਾਈ ਪਾਉਣ ਨਾਲ ਉਨਾ ਜ਼ਿਆਦਾ ਵਧੀਆ ਅਸਰ ਨਹੀਂ ਹੋ ਰਿਹਾ ਆ। ਇਹ ਜਿੱਦਾਂ ਕਿ ਦਿਖਾ ਰਿਹਾ ਤੁਹਾਨੂੰ ਮੈਂ, ਥੱਲੇ ਫੰਗਸ ਆਈ ਸੀਗੀ ਸਪਰੇਅ ਕਰਨ ਦੇ ਬਾਅਦ 'ਚੋਂ, ਉਹ ਤਾਂ ਨਹੀਂ ਹਟੀ, ਉਹ ਉੱਦਾਂ ਹੀ ਰਹੂਗੀ, ਬਟ ਉੱਪਰਲੇ ਹੌਲੀ ਹੌਲੀ ਜਿਹੜੇ ਨਵੇਂ ਪੱਤੇ ਆ, ਉਹ ਨਵੇਂ ਜਿਹੜੇ ਪੱਤੇ ਆ ਉਹ ਠੀਕ ਆਉਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ, ਇੱਕਦਮ ਨਹੀਂ। ਜਿੱਦਾਂ ਹੁਣ ਆ ਦੇਖੋ, ਥੱਲੇ ਫਸਟ ਜਿਹੜਾ ਪੱਤਾ ਦੇਖ ਰਿਹਾ ਇਹ ਅਫੈਕਟਿਡ ਸੀਗਾ, ਥੋੜ੍ਹਾ ਠੀਕ ਹੋਇਆ, ਫਿਰ ਉਹਦੇ ਬਾਅਦ 'ਚੋਂ ਹੋਰ ਜਿਹੜੀ ਨਵੀਂ ਗੋਭ ਨਿਕਲੀ ਥੋੜ੍ਹੀ ਹੋਰ ਠੀਕ ਹੋਈ, ਉੱਪਰ ਉੱਪਰ ਕਰਦੇ ਇਹਦਾ ਫੋਰਥ ਪੇੜ ਜਿਹੜਾ ਹੋਰ ਠੀਕ ਹੋ ਗਿਆ। ਆਹ ਵੀ ਤੁਸੀਂ ਦੇਖੋ, ਫੰਗਸ ਅਫੈਕਟਿਡ ਸੀਗਾ, ਸਲੋਲੀ ਸਪਰੇਅ ਹੋਣ ਦੇ ਬਾਅਦ 'ਚੋਂ ਹੌਲੀ ਹੌਲੀ ਖੁੱਲਿਆ, ਬਟ ਇਹਨੂੰ 15-20 ਦਿਨ 25 ਦਿਨ ਲੱਗ ਜਾਂਦੇ। ਅਸੀਂ ਕਹੀਏ ਕਿ ਅੱਜ ਸਪਰੇਅ ਕੀਤੀ, ਤੁਰੰਤ ਇਹ ਕੀੜਾ ਨਹੀਂ ਆ ਕਿ ਮਰ ਗਿਆ, ਖਤਮ ਹੋ ਗਿਆ। ਇਹਦੇ ਕੋਲ ਪੱਤੇ ਲਿਪਟੇ ਹੋਏ ਸੀਗੇ, ਇਹ ਸਾਰੇ ਜਕੜੇ ਹੋਏ ਪੱਤੇ ਆ, ਬਟ ਸਪਰੇ ਹੋਣ ਦੇ ਬਾਅਦ 'ਚੋਂ ਹੌਲੀ ਹੌਲੀ ਆ ਦੇਖੋ, ਤੁਸੀਂ ਦੇਖ ਰਹੇ ਹਾਂ ਪੂਰਾ ਫੰਗਸ ਨਾਲ ਅਫੈਕਟਡ ਸੀਗਾ। ਅਗਰ ਸਪਰੇ ਨਾ ਕਰਦੇ ਤਾਂ ਇੱਥੋਂ ਹੀ ਗੋਭ ਸੁੱਕ ਜਾਣੀ ਸੀਗੀ, ਬਟ ਸਪਰੇ ਕਰਨ ਦੇ ਬਾਅਦ 'ਚੋਂ ਫਿਰ ਹੌਲੀ ਹੌਲੀ ਆ, ਤੁਸੀਂ ਦੇਖੋ ਪੂਰਾ ਪੱਤਾ ਉੱਪਰਲੇ ਹੌਲੀ ਹੌਲੀ ਕਰਕੇ ਨਵੇਂ ਆ ਗਏ, ਨਵੇਂ ਪੱਤੇ ਜਿਹੜੇ ਆ ਰਹੇ। ਉਹਦੇ ਬਾਅਦ 'ਚੋਂ ਆਹ ਵੀ ਪੱਤਾ, ਸੈਕਿੰਡ ਪੱਤਾ ਥੋੜ੍ਹਾ ਅਫੈਕਟਡ ਆ, ਉਹਦੇ ਬਾਅਦ 'ਚੋਂ ਜਿਹੜਾ ਥਰਡ ਪੱਤਾ ਆ ਹੋਰ ਫਰੈਸ਼ ਆਇਆ, ਫੋਰਥ ਪੱਤਾ ਇੱਕਦਮ ਫਰੈਸ਼ ਆਇਆ। ਇਸ ਤਰੀਕੇ ਦੇ ਨਾਲ ਆਪਾਂ ਇਹਦੀ ਰੋਕਥਾਮ ਕਰੀਏ, ਉਨਾ ਹੀ ਬੈਟਰ ਆ, ਉਨਾ ਹੀ ਵਧੀਆ ਆ। ਜਿੰਨਾ ਧਿਆਨ ਅਸੀਂ ਰੱਖ ਸਕਦੇ ਹਾਂ ਰੱਖੀਏ, ਉਨਾ ਹੀ ਵਧੀਆ, ਕਿਉਂਕਿ ਸਾਡੇ ਕੋਲ ਇਸ ਟਾਈਮ ਪਾਈਪਲਾਈਨ ਦੇ ਵਿੱਚ ਬਹੁਤ ਸਾਰੀਆਂ ਵਰਾਇਟੀਜ਼ ਨਹੀਂ ਆ। 238 ਨੂੰ ਬਚਾਉਣਾ ਸਾਡਾ ਧਰਮ ਆ, ਕਰਤੱਵ ਆ, ਜਿੰਨਾ ਕਿ ਅਸੀਂ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਕੇ ਇਹਨੂੰ ਚੰਗੀ ਤਰੀਕੇ ਨਾਲ ਬੈਨੀਫਿਟ ਲੈ ਸਕੀਏ। ਹੋਰ ਬਾਕੀ ਗੁਜ਼ਾਰਿਸ਼ ਕਰੂੰਗਾ ਕਿ ਜ਼ਿਆਦਾ ਖਾਦਾਂ ਪਾਉਣੀਆਂ ਵੀ ਠੀਕ ਨਹੀਂ ਆ, ਸਪਲਿਟ ਦੇ ਵਿੱਚ ਖਾਦ ਪਾਓ, ਸੰਤੁਲਿਤ ਮਾਤਰਾ ਦੇ ਵਿੱਚ ਖਾਦ ਪਾਓ, ਤਾਂ ਉਹੀ ਖਾਦ ਪਾਓ ਜਿਹਦੀ ਜ਼ਰੂਰਤ ਹੈ ਸੋਇਲ ਟੈਸਟਿੰਗ ਕਰਨ ਦੇ ਬਾਅਦ 'ਚੋਂ। ਅਸੀਂ ਬਹੁਤ ਜ਼ਿਆਦਾ ਖਾਦ ਪਾ ਕੇ ਬਹੁਤ ਜ਼ਿਆਦਾ ਅਗਰ ਫਸਲ ਕੱਢਾਂਗੇ ਤਾਂ ਬਹੁਤ ਥੋੜ੍ਹੇ ਸਮੇਂ ਦੇ ਲਈ ਹੀ ਉਹ ਨਿਕਲੇਗੀ। ਆਹ ਵੀ ਲੱਛਣ ਤੁਸੀਂ ਦੇਖ ਰਹੇ ਹਾਂ ਪੋਕਾ ਬੋਇੰਗ ਦੇ ਲੱਛਣ ਆ ਜੀ, ਆਹ ਵੀ ਪੋਕਾ ਬੋਇੰਗ ਦੇ ਲੱਛਣ ਆ, ਇਹਨਾਂ ਇੱਦਾਂ ਗੋਭ ਸੁੱਕ ਜਾਂਦੀ ਆ ਜੀ, ਆਹ ਵੀ ਪੋਕਾ ਬੋਇੰਗ ਦੇ ਲੱਛਣ ਆ। ਸਾਰੇ ਪੋਕਾ ਬੋਇੰਗ ਦੇ ਲੱਛਣ 'ਚ ਕੋਈ ਬਿਮਾਰੀ ਨਹੀਂ ਲੱਗੀ ਹੋਈ, ਬਿਮਾਰੀ ਲੱਗੀ ਹੋਈ ਆ, ਕੋਈ ਕੀੜਾ ਨਹੀਂ ਲੱਗਿਆ ਹੋਇਆ ਆ, ਅਸੀਂ ਕੀੜਿਆਂ ਦੀ ਦਵਾਈ ਪਾ ਰਹੇ ਹਾਂ। ਬਾਕੀ ਗੁਜ਼ਾਰਿਸ਼ ਕਰੂੰਗਾ, ਕੋਈ ਵੀ ਕੀਟਨਾਸ਼ਕ ਅਤੇ ਫਫੂੰਦੀ ਨਾਸ਼ਕ ਇਕੱਠੀ ਮਿਕਸ ਕਰਕੇ ਇੱਕ ਵਾਰ 'ਚ ਸਪਰੇਅ ਨਾ ਕਰੋ ਜੀ। ਰਾਣਾ ਸ਼ੂਗਰਸ, ਧੰਨਵਾਦ ਜੀ।